ਲੋਕਾਂ ਨੂੰ ਹੁਣ ਹਰ ਥਾਂ ਤੇ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਚੋਰ ਉਹਨਾਂ ਦੇ ਆਲੇ ਦੁਆਲੇ ਕਿਤੇ ਵੀ ਹੋ ਸਕਦੇ ਨੇ ਜੋ ਬਿਲਕੁਲ ਆਮ ਲੋਕਾਂ ਦੀ ਤਰ੍ਹਾਂ ਉਹਨਾਂ ਦੇ ਕੋਲ ਬੈਠ ਕੇ ਹੀ ਉਹਨਾਂ ਦੀਆਂ ਚੀਜ਼ਾਂ ਚੋਰੀ ਕਰ ਲੈਂਦੇ ਨੇ। ਅਜਿਹੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਔਰਤ ਦੇ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਔਰਤ ਨੂੰ ਗੱਲਾਂ 'ਚ ਲਾ ਕੇ ਉਸਦਾ ਪਰਸ ਚੋਰੀ ਕਰ ਲਿਆ ਗਿਆ। ਦੂਜੀ ਔਰਤ ਨੂੰ ਪਤਾ ਤੱਕ ਨਹੀਂ ਲੱਗਿਆ ਕਿ ਉਸਦੇ ਨਾਲ ਕੀ ਹੋਇਆ। ਜਦੋਂ ਤੱਕ ਉਸਨੂੰ ਇਹ ਸਮਝ ਆਇਆ ਕਿ ਉਸਦਾ ਪਰਸ ਚੋਰੀ ਹੋਇਆ ਤੇ ਜਦੋਂ ਉਸਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਉਸਦੇ ਹੋਸ਼ ਉੱਡ ਗਏ ਕਿ ਉਸਦੇ ਨਾਲ ਬੈਠੀ ਗੱਲਾਂ ਕਰਦੀ ਔਰਤ ਹੀ ਉਸਦਾ ਪਰਸ ਚੁੱਕ ਕੇ ਲੈ ਗਈ ਹੈ। ਵੀਡੀਓ ਇੱਕ ਸਿਵਲ ਹਸਪਤਾਲ ਦੀ ਹੈ। ਦੱਸ ਦਈਏ ਕਿ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਬਜ਼ੁਰਗ ਔਰਤ ਜੋ ਇੱਕ ਦੂਸਰੀ ਔਰਤ ਦੇ ਨਾਲ ਬੈਠ ਕੇ ਗੱਲਾਂ ਕਰ ਰਹੀ ਹੈ। ਔਰਤ ਇੱਕ ਫੋਨ ਤੇ ਲੱਗੀ ਹੋਈ ਹੈ ਤੇ ਇਹ ਬਜ਼ੁਰਗ ਬੜੀ ਹੀ ਚਲਾਕੀ ਦੇ ਨਾਲ ਮੌਕਾ ਦੇਖਦਿਆਂ ਹੋਇਆਂ ਆਪਣੇ ਰੁਮਾਲ ਦੇ ਵਿੱਚ ਇਸ ਔਰਤ ਦੇ ਪਰਸ ਨੂੰ ਲੁਕਾ ਕੇ ਫਿਰ ਆਪਣੇ ਬੈਗ ਦੇ ਵਿੱਚ ਪਾ ਲੈਂਦੀ ਹੈ ਅਤੇ ਉੱਥੋਂ ਲੰਗੜਾਉਂਦੀ ਹੋਈ ਚਲੀ ਜਾਂਦੀ ਹੈ, ਜਿਸ ਕਰਕੇ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ ਕਿ ਇਸਨੇ ਪਰਸ ਚੋਰੀ ਕੀਤਾ ਹੈ ਤੇ ਜਿਹਦਾ ਪਰਸ ਚੋਰੀ ਹੋਇਆ ਉਸ ਔਰਤ ਨੂੰ ਵੀ ਜ਼ਰਾ ਜਿਹਾ ਅੰਦਾਜ਼ਾ ਵੀ ਨਹੀਂ ਹੋਇਆ ਕਿ ਉਸਦੇ ਨਾਲ ਕੀ ਹੋਇਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਹੁਣ ਦੇਖਣ ਦੇ ਵਿੱਚ ਇਹ ਔਰਤ ਜੋ ਬਜ਼ੁਰਗ ਹੈ ਤਾਂ ਕੋਈ ਕਹਿ ਵੀ ਨਹੀਂ ਸਕਦਾ ਕਿ ਇਹ ਚੋਰੀ ਕਰ ਸਕਦੀ ਹੈ, ਪਰ ਸੀਸੀਟੀਵੀ ਫੁਟੇਜ ਨਾ ਹੁੰਦੀ ਤਾਂ ਕਿਸੇ ਨੇ ਯਕੀਨ ਨਹੀਂ ਸੀ ਕਰਨਾ ਕਿ ਬਜ਼ੁਰਗ ਔਰਤਾਂ ਵੀ ਇਸ ਤਰ੍ਹਾਂ ਦੇ ਕੰਮ ਕਰ ਸਕਦੀਆਂ ਨੇ। ਇਹ ਤਸਵੀਰਾਂ ਦੇਖੋ ਜਿਹਦੇ ਵਿੱਚ ਬਜ਼ੁਰਗ ਔਰਤ ਹੈ, ਦੂਸਰੇ ਪਾਸੇ ਇੱਕ ਹੋਰ ਔਰਤ ਹੈ ਜਿਸਨੇ ਹੱਥ ਦੇ ਵਿੱਚ ਇੱਕ ਬੈਗ ਫੜਿਆ ਹੋਇਆ, ਫੋਨ 'ਤੇ ਗੱਲ ਕਰ ਰਹੀ ਹੈ ਅਤੇ ਦੂਸਰੇ ਪਾਸੇ ਬਜ਼ੁਰਗ ਔਰਤ ਜੋ ਉਸਦੇ ਨਾਲ ਗੱਲਾਂ ਕਰਦੀ ਹੋਈ ਰੁਮਾਲ ਦੇ ਨਾਲ ਪਿੱਛੋਂ ਪਰਸ ਫੜਦੀ ਹੈ। ਪਹਿਲਾਂ ਤਾਂ ਆਪਣੇ ਹੱਥਾਂ ਦੇ ਥੱਲੇ ਲੁਕਾ ਲੈਂਦੀ ਹੈ ਤੇ ਫਿਰ ਬੈਗ 'ਚ ਪਾ ਕੇ ਉੱਥੋਂ ਲੰਗੜਾਉਂਦੀ ਹੋਈ ਚਲੀ ਜਾਂਦੀ ਹੈ। ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਇਸਨੇ ਪਰਸ ਚੋਰੀ ਕਰ ਲਿਆ। ਜਦੋਂ ਇੱਥੇ ਔਰਤ ਨੂੰ ਪਤਾ ਲੱਗਿਆ ਕਿ ਉਸਦਾ ਪਰਸ ਗਾਇਬ ਹੈ ਤਾਂ ਉਸਨੇ ਹਸਪਤਾਲ ਸਟਾਫ ਦੇ ਅੱਗੇ ਬੇਨਤੀ ਕੀਤੀ ਕਿ ਉਹਨੂੰ ਸੀਸੀਟੀਵੀ ਵੀਡੀਓ ਦਿਖਾਈ ਜਾਏ ਤੇ ਜਦੋਂ ਸੀਸੀਟੀਵੀ ਵੀਡੀਓ ਦੇਖੀ ਤਾਂ ਉਸਦੇ ਹੋਸ਼ ਉੱਡ ਗਏ। ਇਸ ਔਰਤ ਦਾ ਕਹਿਣਾ ਹੈ ਕਿ ਉਸਦੇ ਪਰਸ ਵਿੱਚ ਸੋਨੇ ਦੀ ਅੰਗੂਠੀ, ਇੱਕ ਮੋਬਾਈਲ, 5000 ਰੁਪਏ ਨਗਦੀ ਸਨ ਤੇ ਇਸ ਤੋਂ ਇਲਾਵਾ ਜੋ ਟੈਸਟ ਕਰਵਾਉਣ ਲਈ ਪੈਸੇ ਰੱਖੇ ਸਨ, ਆਧਾਰ ਕਾਰਡ ਰੱਖਿਆ ਸੀ, ਪੈਨ ਕਾਰਡ ਰੱਖਿਆ ਸੀ, ਸਭ ਕੁਝ ਉਸ ਪਰਸ ਦੇ ਵਿੱਚ ਸਨ ਜੋ ਇਹ ਔਰਤ ਬੜੀ ਚਲਾਕੀ ਦੇ ਨਾਲ ਉੱਥੋਂ ਲੈ ਗਈ ਹੈ। ਔਰਤ ਦਾ ਕਹਿਣਾ ਹੈ ਕਿ ਉਹ ਇੱਥੇ ਹਸਪਤਾਲ ਦੇ ਵਿੱਚ ਆਈ ਹੋਈ ਸੀ ਜੋ ਕਿ ਕਲਾਨੌਰ ਨੇੜੇ ਪਿੰਡ ਮੱਝ ਦੀ ਰਹਿਣ ਵਾਲੀ ਹੈ ਤੇ ਇੱਥੇ ਉਸਦੀ ਭਾਬੀ ਗਰਭਵਤੀ ਹੈ, ਉਸੇ ਦਾ ਹੀ ਟੈਸਟ ਕਰਵਾਉਣ ਦੇ ਲਈ ਆਈ ਸੀ ਜਿਸ ਕਰਕੇ ਉਹ ਹਸਪਤਾਲ 'ਚ ਬੈਠੀ ਸੀ ਤੇ ਇਸੇ ਦੌਰਾਨ ਹੀ ਬਜ਼ੁਰਗ ਔਰਤ ਦੇ ਵੱਲੋਂ ਗੱਲਾਂ 'ਚ ਲਾ ਕੇ ਉਸਦਾ ਪਰਸ ਚੋਰੀ ਕਰ ਲਿਆ ਗਿਆ। ਹੁਣ ਇਹ ਪਰਿਵਾਰ ਦੇ ਵੱਲੋਂ ਸੀਸੀਟੀਵੀ ਵੀਡੀਓ ਦੇ ਨਾਲ ਇੱਕ ਆਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਪਰਿਵਾਰ ਮਦਦ ਮੰਗ ਰਿਹਾ ਹੈ ਕਿ ਇਸ ਔਰਤ ਦੀ ਤਲਾਸ਼ ਕੀਤੀ ਜਾਏ ਤਾਂ ਜੋ ਉਹਨਾਂ ਨੂੰ ਆਪਣਾ ਪਰਸ ਵਾਪਸ ਮਿਲ ਸਕੇ। ਲੋਕਾਂ ਨੂੰ ਹੁਣ ਹਰ ਥਾਂ ਤੇ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਚੋਰ ਉਹਨਾਂ ਦੇ ਆਲੇ ਦੁਆਲੇ ਕਿਤੇ ਵੀ ਹੋ ਸਕਦੇ ਨੇ ਜੋ ਬਿਲਕੁਲ ਆਮ ਲੋਕਾਂ ਦੀ ਤਰ੍ਹਾਂ ਉਹਨਾਂ ਦੇ ਕੋਲ ਬੈਠ ਕੇ ਹੀ ਉਹਨਾਂ ਦੀਆਂ ਚੀਜ਼ਾਂ ਚੋਰੀ ਕਰ ਲੈਂਦੇ ਨੇ। ਅਜਿਹੀ ਇੱਕ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਔਰਤ ਦੇ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਔਰਤ ਨੂੰ ਗੱਲਾਂ 'ਚ ਲਾ ਕੇ ਉਸਦਾ ਪਰਸ ਚੋਰੀ ਕਰ ਲਿਆ ਗਿਆ। ਦੂਜੀ ਔਰਤ ਨੂੰ ਪਤਾ ਤੱਕ ਨਹੀਂ ਲੱਗਿਆ ਕਿ ਉਸਦੇ ਨਾਲ ਕੀ ਹੋਇਆ। ਜਦੋਂ ਤੱਕ ਉਸਨੂੰ ਇਹ ਸਮਝ ਆਇਆ ਕਿ ਉਸਦਾ ਪਰਸ ਚੋਰੀ ਹੋਇਆ ਤੇ ਜਦੋਂ ਉਸਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਉਸਦੇ ਹੋਸ਼ ਉੱਡ ਗਏ ਕਿ ਉਸਦੇ ਨਾਲ ਬੈਠੀ ਗੱਲਾਂ ਕਰਦੀ ਔਰਤ ਹੀ ਉਸਦਾ ਪਰਸ ਚੁੱਕ ਕੇ ਲੈ ਗਈ ਹੈ। ਵੀਡੀਓ ਇੱਕ ਸਿਵਲ ਹਸਪਤਾਲ ਦੀ ਹੈ। ਦੱਸ ਦਈਏ ਕਿ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਬਜ਼ੁਰਗ ਔਰਤ ਜੋ ਇੱਕ ਦੂਸਰੀ ਔਰਤ ਦੇ ਨਾਲ ਬੈਠ ਕੇ ਗੱਲਾਂ ਕਰ ਰਹੀ ਹੈ। ਔਰਤ ਇੱਕ ਫੋਨ ਤੇ ਲੱਗੀ ਹੋਈ ਹੈ ਤੇ ਇਹ ਬਜ਼ੁਰਗ ਬੜੀ ਹੀ ਚਲਾਕੀ ਦੇ ਨਾਲ ਮੌਕਾ ਦੇਖਦਿਆਂ ਹੋਇਆਂ ਆਪਣੇ ਰੁਮਾਲ ਦੇ ਵਿੱਚ ਇਸ ਔਰਤ ਦੇ ਪਰਸ ਨੂੰ ਲੁਕਾ ਕੇ ਫਿਰ ਆਪਣੇ ਬੈਗ ਦੇ ਵਿੱਚ ਪਾ ਲੈਂਦੀ ਹੈ
ਅਤੇ ਉੱਥੋਂ ਲੰਗੜਾਉਂਦੀ ਹੋਈ ਚਲੀ ਜਾਂਦੀ ਹੈ, ਜਿਸ ਕਰਕੇ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ ਕਿ ਇਸਨੇ ਪਰਸ ਚੋਰੀ ਕੀਤਾ ਹੈ। ਤੇ ਜਿਹਦਾ ਪਰਸ ਚੋਰੀ ਹੋਇਆ ਉਸ ਔਰਤ ਨੂੰ ਵੀ ਜ਼ਰਾ ਜਿਹਾ ਅੰਦਾਜ਼ਾ ਵੀ ਨਹੀਂ ਹੋਇਆ ਕਿ ਉਸਦੇ ਨਾਲ ਕੀ ਹੋਇਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਹੁਣ ਦੇਖਣ ਦੇ ਵਿੱਚ ਇਹ ਔਰਤ ਜੋ ਬਜ਼ੁਰਗ ਹੈ ਤਾਂ ਕੋਈ ਕਹਿ ਵੀ ਨਹੀਂ ਸਕਦਾ ਕਿ ਇਹ ਚੋਰੀ ਕਰ ਸਕਦੀ ਹੈ, ਪਰ ਸੀਸੀਟੀਵੀ ਫੁਟੇਜ ਨਾ ਹੁੰਦੀ ਤਾਂ ਕਿਸੇ ਨੇ ਯਕੀਨ ਨਹੀਂ ਸੀ ਕਰਨਾ ਕਿ ਬਜ਼ੁਰਗ ਔਰਤਾਂ ਵੀ ਇਸ ਤਰ੍ਹਾਂ ਦੇ ਕੰਮ ਕਰ ਸਕਦੀਆਂ ਨੇ। ਇਹ ਤਸਵੀਰਾਂ ਦੇਖੋ ਜਿਹਦੇ ਵਿੱਚ ਬਜ਼ੁਰਗ ਔਰਤ ਹੈ, ਦੂਸਰੇ ਪਾਸੇ ਇੱਕ ਹੋਰ ਔਰਤ ਹੈ ਜਿਸਨੇ ਹੱਥ ਦੇ ਵਿੱਚ ਇੱਕ ਬੈਗ ਫੜਿਆ ਹੋਇਆ, ਫੋਨ 'ਤੇ ਗੱਲ ਕਰ ਰਹੀ ਹੈ, ਅਤੇ ਦੂਸਰੇ ਪਾਸੇ ਬਜ਼ੁਰਗ ਔਰਤ ਜੋ ਉਸਦੇ ਨਾਲ ਗੱਲਾਂ ਕਰਦੀ ਹੋਈ ਰੁਮਾਲ ਦੇ ਨਾਲ ਪਿੱਛੋਂ ਪਰਸ ਫੜਦੀ ਹੈ। ਪਹਿਲਾਂ ਤਾਂ ਆਪਣੇ ਹੱਥਾਂ ਦੇ ਥੱਲੇ ਲੁਕਾ ਲੈਂਦੀ ਹੈ ਅਤੇ ਫਿਰ ਬੈਗ 'ਚ ਪਾ ਕੇ ਉੱਥੋਂ ਲੰਗੜਾਉਂਦੀ ਹੋਈ ਚਲੀ ਜਾਂਦੀ ਹੈ। ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਇਸਨੇ ਪਰਸ ਚੋਰੀ ਕਰ ਲਿਆ। ਜਦੋਂ ਇੱਥੇ ਔਰਤ ਨੂੰ ਪਤਾ ਲੱਗਿਆ ਕਿ ਉਸਦਾ ਪਰਸ ਗਾਇਬ ਹੈ ਤਾਂ ਉਸਨੇ ਹਸਪਤਾਲ ਸਟਾਫ ਦੇ ਅੱਗੇ ਬੇਨਤੀ ਕੀਤੀ ਕਿ ਉਹਨੂੰ ਸੀਸੀਟੀਵੀ ਵੀਡੀਓ ਦਿਖਾਈ ਜਾਏ, ਅਤੇ ਜਦੋਂ ਸੀਸੀਟੀਵੀ ਵੀਡੀਓ ਦੇਖੀ ਤਾਂ ਉਸਦੇ ਹੋਸ਼ ਉੜ ਗਏ। ਇਸ ਔਰਤ ਦਾ ਕਹਿਣਾ ਹੈ ਕਿ ਉਸਦੇ ਪਰਸ ਵਿੱਚ ਸੋਨੇ ਦੀ ਅੰਗੂਠੀ, ਇੱਕ ਮੋਬਾਈਲ, 5000 ਰੁਪਏ ਨਗਦੀ ਸਨ, ਅਤੇ ਇਸ ਤੋਂ ਇਲਾਵਾ ਜੋ ਟੈਸਟ ਕਰਵਾਉਣ ਲਈ ਪੈਸੇ ਰੱਖੇ ਸਨ, ਆਧਾਰ ਕਾਰਡ ਰੱਖਿਆ ਸੀ, ਪੈਨ ਕਾਰਡ ਰੱਖਿਆ ਸੀ, ਸਭ ਕੁਝ ਉਸ ਪਰਸ ਦੇ ਵਿੱਚ ਸਨ ਜੋ ਇਹ ਔਰਤ ਬੜੀ ਚਲਾਕੀ ਦੇ ਨਾਲ ਉੱਥੋਂ ਲੈ ਗਈ ਹੈ। ਔਰਤ ਦਾ ਕਹਿਣਾ ਹੈ ਕਿ ਉਹ ਇੱਥੇ ਹਸਪਤਾਲ ਦੇ ਵਿੱਚ ਆਈ ਹੋਈ ਸੀ ਜੋ ਕਿ ਕਲਾਨੌਰ ਨੇੜੇ ਪਿੰਡ ਮੱਝ ਦੀ ਰਹਿਣ ਵਾਲੀ ਹੈ, ਅਤੇ ਇੱਥੇ ਉਸਦੀ ਭਾਬੀ ਗਰਭਵਤੀ ਹੈ, ਉਸੇ ਦਾ ਹੀ ਟੈਸਟ ਕਰਵਾਉਣ ਦੇ ਲਈ ਆਈ ਸੀ, ਜਿਸ ਕਰਕੇ ਉਹ ਹਸਪਤਾਲ 'ਚ ਬੈਠੀ ਸੀ, ਅਤੇ ਇਸੇ ਦੌਰਾਨ ਹੀ ਬਜ਼ੁਰਗ ਔਰਤ ਦੇ ਵੱਲੋਂ ਗੱਲਾਂ 'ਚ ਲਾ ਕੇ ਉਸਦਾ ਪਰਸ ਚੋਰੀ ਕਰ ਲਿਆ ਗਿਆ। ਹੁਣ ਇਹ ਪਰਿਵਾਰ ਦੇ ਵੱਲੋਂ ਸੀਸੀਟੀਵੀ ਵੀਡੀਓ ਦੇ ਨਾਲ ਇੱਕ ਆਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਪਰਿਵਾਰ ਮਦਦ ਮੰਗ ਰਿਹਾ ਹੈ ਕਿ ਔਰਤ ਦੀ ਤਲਾਸ਼ ਕੀਤੀ ਜਾਏ ਤਾਂ ਜੋ ਉਹਨਾਂ ਨੂੰ ਆਪਣਾ ਪਰਸ ਵਾਪਸ ਮਿਲ ਸਕੇ।